ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਂ ਤੇ ਮੋਹਰ ਲਗਾਉਂਦੇ ਹੋਏ ਉਹਨਾਂ ਨੂੰ ਪੰਜਾਬ ਦੇ ਨਵੇਂ DGP ਦੇ ਰੂਪ ਵਿੱਚ ਨਿਯੁਕਤ ਕਰ ਦਿੱਤਾ ਹੈ। ਦੱਸ ਦੇਈਏ UPSC ਵੱਲੋਂ ਭੇਜੇ ਗਏ ਪੈਨਲ 'ਚੋਂ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਦਿਨਕਰ ਗੁਪਤਾ 1987 ਬੈਚ ਦੇ IPS ਅਧਿਕਾਰੀ ਵੀ ਨੇ। ਦਿਨਕਰ ਗੁਪਤਾ ਨੇ 8 ਸਾਲ ਤੱਕ ਪੰਜਾਬ ਵਫਦ ਦੀ ਸੇਵਾਵਾਂ ਵੀ ਨਿਭਾਈਆਂ ਨੇ। ਦੱਸਣਯੋਗ ਹੈ ਕਿ ਅੱਤਵਾਦ ਦੌਰਾਨ ਦਿਨਕਰ ਗੁਪਤਾ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ 'ਚ SSP ਵੀ ਰਹਿ ਚੁੱਕੇ ਨੇ। ਬਿਊਰੋ ਰਿਪੋਰਟ, ਬੁਲੰਟੇ।